ਲੁਧਿਆਣਾ ਦੇ ਸੂਦਾ ਮੁਹੱਲੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। ਅੱਗ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰੰਤੂ ਪ੍ਰਿੰਟਿੰਗ ਪ੍ਰੈਸ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਫਾਇਰ ਬ੍ਰਿਗੇਡ ਅਫਸਰ ਸ੍ਰਿਸ਼ਟੀਨਾਥ ਸ਼ਰਮਾ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ, ਪਰੰਤੂ ਕਿਹਾ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਮੇਰਾ ਨਾਮ ਸ੍ਰਿਸ਼ਟੀਨਾਥ ਸ਼ਰਮਾ, ਫਾਇਰ ਸਟੇਸ਼ਨ ਆਫਿਸਰ। 6:10 ਦੇ ਸਾਨੂੰ ਇਤਲਾਹ ਆਈ ਸੀਗੀ ਕਿ ਭਗੀਰਥ ਪ੍ਰਿੰਟਿੰਗ ਪੈਕ ਦੇ ਵਿੱਚ ਅੱਗ ਲੱਗੀ ਹੈ ਸੂਦਾ ਮੁਹੱਲੇ 'ਚ। ਅਸੀਂ ਗੱਡੀਆਂ ਲੈ ਕੇ ਇੱਥੇ ਆਏ ਅਤੇ ਅੱਗ 'ਤੇ ਕਾਬੂ ਪਾਇਆ। 6 ਗੱਡੀਆਂ ਲੱਗ ਚੁੱਕੀਆਂ ਹਜੇ। ਇਹ ਪ੍ਰਿੰਟਿੰਗ ਦਾ ਸਮਾਨ ਬਣਦਾ, ਪ੍ਰਿੰਟਿੰਗ ਦਾ ਮਾਲ ਦਾ ਤਾਂ ਹੋਏਗਾ ਹੀ, ਕਿਉਂ ਅੱਗ ਲੱਗੀ ਹੈ। ਜਾਨ ਦਾ ਕੋਈ ਖਤਰਾ ਨਹੀਂ ਹੋਇਆ। ਹਾਂਜੀ, ਜਾਨੀ ਨੁਕਸਾਨ ਕੋਈ ਨਹੀਂ ਹੋਇਆ।